ਜੋ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ WD ਦੀ ਪ੍ਰੈਡਿਕਸ਼ਨ ਕੀਤੀ ਹੋਈ ਸੀ ਕਿ 23 ਤੋਂ ਲੈ ਕੇ 25 ਤਰੀਕ ਤੱਕ ਮੌਸਮ ਖਰਾਬ ਰਹੇਗਾ, ਤਾਂ ਉਹਦਾ ਅਸਰ ਜਿਹੜਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਰਿਹਾ। 24 ਤਰੀਕ ਨੂੰ ਜਿਹੜੀ ਪੰਜਾਬ ਦੇ ਵਿੱਚ ਕਾਫੀ ਜਿਹੜੀ ਲਗਭਗ ਸਾਰੇ ਜਗ੍ਹਾ 'ਤੇ ਬਾਰਿਸ਼ ਰਿਕਾਰਡ ਕੀਤੀ, ਕੁਛ ਇੱਕ ਜਗ੍ਹਾ ਹੈਵੀ ਬਾਰਿਸ਼ ਵੀ ਰਿਕਾਰਡ ਹੋਈ ਹੈ, ਜੋ ਕਿ ਡਿਸਟ੍ਰਿਕਟ ਕਪੂਰਥਲਾ ਔਰ ਆਸ ਪਾਸ ਦੇ ਇਲਾਕਿਆਂ ਵਿੱਚ ਹੈਵੀ ਬਾਰਿਸ਼ ਹੋਈ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜੀ ਬਾਰਿਸ਼ ਹੈ ਉਹ 30 ਤੋਂ ਲੈ ਕੇ 40 ਮਿਲੀਮੀਟਰ ਦੇ ਵਿੱਚ ਬਾਰਿਸ਼ ਰਿਕਾਰਡ ਹੋਈ। ਹਰਿਆਣਾ ਦੇ ਵਿੱਚ ਜਿਹੜੇ ਪਿਛਲੇ 24 ਘੰਟਿਆਂ 'ਚ ਜ਼ਿਆਦਾ ਬਾਰਿਸ਼ ਨਹੀਂ ਹੋਈ, ਕੁਛ ਇੱਕ ਜਗ੍ਹਾ 'ਤੇ ਰਹੀ। ਸਭ ਤੋਂ ਜ਼ਿਆਦਾ ਬਾਰਿਸ਼ ਹਰਿਆਣਾ ਵਿੱਚ ਜੋ ਬਾਰਿਸ਼ ਹੈ ਉਹ ਆਪਣੇ ਜੋ ਡਿਸਟ੍ਰਿਕਟ ਕਾਲਕਾ ਮਤਲਬ ਪੰਚਕੂਲਾ ਦੇ ਵਿੱਚ ਬਾਰਿਸ਼ ਜਿਹੜੀ ਹੈ 25 ਮਿਲੀਮੀਟਰ ਬਾਰਿਸ਼ ਹੀ ਰਿਕਾਰਡ ਕੀਤੀ ਗਈ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤਾਪਮਾਨ ਉਹਨਾਂ ਦੇ ਵਿੱਚ ਵੀ ਕਾਫੀ ਟੈਂਪਰੇਚਰ ਵਿੱਚ ਕਮੀ ਰਹੀ, ਜਿਹੜੇ ਖਾਸ ਕਰਕੇ ਦਿਨ ਦੇ ਤਾਪਮਾਨ ਸੀ ਉਹ ਸਮਾਨੇ ਤੋਂ ਬਹੁਤ ਨੋਰਮਲ ਟੈਂਪਰੇਚਰ ਤੋਂ ਕਾਫੀ ਘੱਟ ਰਹੇ। ਅਤੇ ਜਿਹੜੇ ਹੁਣ ਆਉਣ ਵਾਲੇ ਦਿਨ ਹੈ ਇਹਨਾਂ ਦੇ ਵਿੱਚ WD ਦਾ ਇਫੈਕਟ ਅੱਜ ਹੀ ਰਹੇਗਾ। ਅੱਜ ਜਿਹੜੇ ਪੰਜਾਬ ਦੇ ਕੁਛ ਇੱਕ ਜਗ੍ਹਾ ਹੈ ਸਕੈਟਰ ਪਲੇਸਿਸ 'ਤੇ ਬਾਰਿਸ਼ ਹੋ ਸਕਦੀ ਹੈ, ਹਰਿਆਣਾ ਦੇ ਵਿੱਚ ਆਈਸੋਲੇਟਡ ਬਾਰਿਸ਼ ਰਹੇਗੀ, ਚੰਡੀਗੜ੍ਹ ਦੇ ਵਿੱਚ ਵੀ ਅੱਜ ਜਿਹੜਾ ਆਪਣੇ ਹੋਰ ਲਾਈਟ ਸ਼ਾਵਰ ਜਿਹੜਾ ਹੋਣ ਦੀ ਪ੍ਰੋਬੈਬਿਲਿਟੀ ਰਹੇਗੀ, ਲੇਕਿਨ ਕੱਲ੍ਹ ਤੋਂ ਜਿਹੜਾ WD ਦਾ ਇਫੈਕਟ ਆ ਉਹ ਖਤਮ ਹੋ ਜਾਏਗਾ। ਅਤੇ ਆਉਣ ਵਾਲੇ ਜਿਹੜੇ ਦਿਨ ਹੈ 4-5 ਦਿਨ ਵੈਦਰ ਜਿਹੜਾ ਸਾਫ਼ ਰਹੇਗਾ। ਅਗਰ ਹਮ ਨਿਊਮੈਰੀਕਲ ਵੈਦਰ ਪ੍ਰੈਡਿਕਸ਼ਨ ਦੀ ਫੋਕਸ ਦੇਖੀਏ ਤਾਂ ਜਿਹੜੀ ਅਗਲੀ ਵੈਸਟਰਨ ਡਿਸਟਰਬੈਂਸ ਹੈ ਜਾਂ ਵੈਦਰ ਐਕਟੀਵਿਟੀ ਹੈ ਉਹ 31 ਮਾਰਚ ਤੋਂ ਜਿਹੜੀ ਹੋ ਸਕਦੀ ਹੈ। ਆਉਣ ਵਾਲੇ ਜਿਹੜੇ 4-5 ਦਿਨ ਹੈ ਇਹਦੇ ਵਿੱਚ ਤਾਪਮਾਨ ਜਿਹੜੇ ਜ਼ਿਆਦਾ ਨਹੀਂ ਵਧਣਗੇ, ਲੇਕਿਨ ਡਿਊ ਟੂ ਜਿਸ ਤਰ੍ਹਾਂ ਮੋਇਸਚਰ ਬਹੁਤ ਜ਼ਿਆਦਾ ਹੈ ਅਤੇ ਆਪਣੇ ਕਲੋਡੀਨੈਸ ਜੋ ਹੈ ਉਹ ਕਿਤੇ ਕਿਤੇ ਹੋ ਸਕਦੀ ਹੈ। ਹਾਂ, ਪਿਛਲੇ ਜੋ ਦਿਨ 24 ਘੰਟਿਆਂ ਵਿੱਚ ਮਤਲਬ 24 ਤਰੀਕ ਨੂੰ ਜੋ ਆਪਣੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਇੱਕ ਟੋਰਨੈਡੋ ਵੀ ਜੋ ਦੇਖਿਆ ਗਿਆ, ਜੋ ਕਿ ਆਪਣੇ ਕੁਛ ਇੱਕ ਸਮੇਂ ਦੇ ਲਈ ਆਇਆ ਸੀ, ਲੇਕਿਨ ਇਸ ਦੇ ਨਾਲ ਜਿਹੜਾ ਕੁਛ ਡੈਮੇਜ ਵੀ ਹੋਇਆ ਹੈ ਆਪਣੇ, ਔਰ ਜੋ ਇਹਦੇ ਕੁਛ ਪੇੜ ਜਿਹੜੇ ਸੀ ਉਹ ਵੀ ਅਪਰੂਟ ਹੋਏ ਆ, ਪੇੜ ਜਿਹੜੇ ਜੜ੍ਹਾਂ ਤੋਂ ਉੱਖੜ ਗਏ, ਔਰ ਨਾਲ ਹੀ ਕੁਛ ਜਗ੍ਹਾ ਆਪਣੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ, ਔਰ ਕੁਛ ਇੱਕ ਆਪਣੇ ਜੋ ਲੋਕ ਸੀ ਉਹਨਾਂ ਨੂੰ ਵੀ ਥੋੜ੍ਹਾ ਇੰਜਰੀਜ਼ ਹੋਈ ਹੈ, ਆਪਣੇ ਚੋਟਾਂ ਲੱਗੀਆਂ ਉਹਨਾਂ ਦੇ ਵੀ। ਤਾਂ ਲੇਕਿਨ ਜਿਹੜੀ ਇਹਦੀ ਆਪਣੀ ਫ੍ਰੀਕੁਐਂਸੀ ਜ਼ਿਆਦਾ ਨਹੀਂ ਹੁੰਦੀ ਹੈ। ਅਗਰ ਪਿਛਲੇ ਅਸੀਂ 15-16 ਸਾਲਾਂ ਦਾ ਡਾਟਾ ਦੇਖੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਹੈ 3 ਜਾਂ 4 ਹੀ ਜੋ ਟੋਰਨੈਡੋ ਆ ਇਸ ਤਰ੍ਹਾਂ ਦੇ ਦੇਖਣ ਨੂੰ ਮਿਲੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਦੇਖੀਏ ਤਾਂ ਅਗਰ ਕੋਈ ਵੈਦਰ ਫੇਵਰ ਹੁੰਦਾ ਹੈ, ਜਿਸ ਤਰ੍ਹਾਂ ਕਿ ਜੋ ਆਪਣੇ ਵੈਦਰ ਕੰਡੀਸ਼ਨਸ ਹੁੰਦੀਆਂ ਹਨ ਜਦੋਂ ਕਾਫੀ ਫੇਵਰ ਵਿੱਚ ਰਹਿੰਦੀਆਂ ਹਨ, ਤਾਂ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਹੈਗੀ ਆ ਉਹ ਫੋਰਮ ਹੁੰਦੀ ਹੈ। ਅਤੇ ਜਿਹੜਾ ਇਸ ਸੀਜ਼ਨ ਦੇ ਵਿੱਚ ਹੀ ਜਿਹੜਾ ਸਮਰ ਸੀਜ਼ਨ ਹੁੰਦਾ ਹੈ ਜਿਹਦੇ ਵਿੱਚ ਟੋਰਨੈਡੋਸ ਜਾਂ ਥੰਡਰ ਸਟੋਰਮ ਜਾਂ ਡਸਟ ਸਟੋਰਮ ਜਿਹੜੇ ਆਉਣ ਦੀ ਪ੍ਰੋਬੈਬਿਲਿਟੀ ਜਿਹੜੀ ਹੈ ਜ਼ਿਆਦਾ ਰਹਿੰਦੀ ਹੈ। ਹਾਂ, ਜੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਹੋਈ, ਤੇਜ਼ ਹਵਾਵਾਂ ਵੀ ਚੱਲੀਆਂ, ਔਰ ਟੋਰਨੈਡੋ ਵੀ ਜਿਸ ਤਰ੍ਹਾਂ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਆਇਆ, ਤਾਂ ਜਿਹੜੇ ਕਿਸਾਨਾਂ ਦੀ ਫਸਲਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਤਾਂ ਹੁਣ ਜਿਹੜੇ ਆਉਣ ਵਾਲੇ ਦਿਨਾਂ ਇਹਨਾਂ ਦੇ ਵਿੱਚ ਜਿਹੜਾ ਕੁਛ ਇੱਕ ਦਿਨ ਮੌਸਮ ਜਿਹੜਾ ਸਾਫ਼ ਰਹੇਗਾ, ਖਾਸ ਕਰਕੇ ਜੋ 30 ਮਾਰਚ ਤੱਕ ਜਿਹੜਾ ਮੌਸਮ ਹੈ ਉਹ ਸਾਫ਼ ਰਹੇਗਾ। ਤਾਂ ਜਿਹੜੇ ਕਿਸਾਨ ਹੈਗੇ ਆਪਣੇ ਉਹਨਾਂ ਲਈ ਹੈ ਕਿ ਜੋ ਆਪਣੀ ਫਸਲ ਜਿਹੜੀ ਕਟਾਈ ਦੇ ਨਜ਼ਦੀਕ ਪਹੁੰਚੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਕਟਾਈ ਕਰਕੇ ਉਹਦੀ ਹਾਰਵੈਸਟਿੰਗ ਕਰਕੇ ਆਪਣੇ ਉਹਨੂੰ ਸੇਫ ਜਗ੍ਹਾ 'ਤੇ ਰੱਖ ਸਕਦੇ ਆ। ਅਤੇ ਬਾਕੀ ਜਿਹੜੇ ਉਸ ਤੋਂ ਬਾਅਦ ਆਪਣੇ ਜਦੋਂ ਵੈਦਰ ਐਕਟੀਵਿਟੀ ਦੁਆਰਾ ਹੋਣ ਵਾਲੀ ਆ ਉਹਨਾਂ ਦੇ ਵਿੱਚ ਆਪਣੀ ਜੋ ਹਾਰਵੈਸਟਿੰਗ ਹੈ ਜਾਂ ਆਊਟਡੋਰ ਐਕਟੀਵਿਟੀਜ਼ ਆ ਉਹਨੂੰ ਅਵੋਇਡ ਕਰ। ਹਾਂਜੀ, ਜਿਸ ਤਰ੍ਹਾਂ ਸਾਡਾ ਇੱਕ ਮਤਲਬ ਬਹੁਤ ਵੱਡਾ ਪ੍ਰੋਗਰਾਮ ਹੈ IMD ਦਾ, GKMS ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ, ਜਿਸ ਦੇ ਨਾਲ ਅਸੀਂ ਜਿਹੜੀਆਂ ਆਪਣੇ ਫਾਰਮਰਸ ਦੇ ਲਈ ਐਡਵਾਈਜ਼ ਵੀ ਇਸ਼ੂ ਕਰਦੇ ਹਾਂ, ਜਿਹੜੀਆਂ ਕਿ ਆਪਣੀ ਕਲੈਬੋਰੇਸ਼ਨ ਐਗਰੀਕਲਚਰ ਡਿਪਾਰਟਮੈਂਟ, ਐਗਰੀਕਲਚਰ ਯੂਨੀਵਰਸਿਟੀ, ਹਾਰਟੀਕਲਚਰ ਯੂਨੀਵਰਸਿਟੀ ਦੇ ਨਾਲ ਮਿਲ ਕੇ ਜਿਹੜੀਆਂ ਐਡਵਾਈਜ਼ੀਆਂ ਇਸ਼ੂ ਕੀਤੀਆਂ ਜਾਂਦੀਆਂ। ਅਤੇ ਜਿਹੜੀਆਂ ਐਡਵਾਈਜ਼ੀਆਂ ਇਸ਼ੂ ਹੋਈਆਂ ਸੀ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜਿਹੜੀ ਆਪਣੀ ਆਊਟਡੋਰ ਐਕਟੀਵਿਟੀਜ਼ ਆ ਉਹ ਸਾਰੀਆਂ ਪੋਸਟਪੋਨ ਕਰਨ, ਆਪਣੇ ਖਾਸ ਕਰਕੇ ਹਾਰਵੈਸਟਿੰਗ ਦੀਆਂ ਜਾਂ ਫਿਰ ਕੋਈ ਸਪਰੇਅ ਕਰਨਾ ਹੈ ਜਾਂ ਫਰਟੀਲਾਈਜ਼ਰ ਡਾਲਨੇ ਆ, ਤਾਂ ਉਹਨਾਂ ਲਈ ਜਿਹੜੀ ਹੈਗਾ ਉਹ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਉਹ ਕੁਛ ਦਿਨ ਲਈ ਜਿਹੜੀਆਂ ਪੋਸਟਪੋਨ ਕਰਨ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਊਟਡੋਰ ਐਕਟੀਵਿਟੀਜ਼ ਆ ਉਹਨੂੰ ਜੋ ਦੁਬਾਰਾ ਤੋਂ ਕੰਟੀਨਿਊ ਕੀਤਾ ਜਾ ਸਕਦਾ।